ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਕਿ ਆਪਣੇ ਝੋਨੇ ਦੇ ਵਿੱਚ ਆਪਾਂ ਪਹਿਲੀ ਖਾਦ ਦੇ ਨਾਲ ਕੀ ਕੁਛ ਪਾਈਏ ਕਿ ਇਹਦਾ ਫੁਟਾਰਾ ਵੀ ਚੰਗਾ ਹੋਵੇ ਔਰ ਝੰਡੇ ਰੋਗ ਤੋਂ ਵੀ ਰਾਹਤ ਮਿਲੇ ਅਤੇ ਝਾੜ ਨੂੰ ਵੀ ਅੱਗੇ ਆਪਣਾ ਵਾਧਾ ਮਿਲੇ ਔਰ ਲੰਮੇ ਟਾਈਮ ਵਾਸਤੇ ਆਪਣੀ ਗ੍ਰੀਨਨੈਸ ਰਹੇ ਆਪਣੇ ਵਾਹਣ ਦੇ ਵਿੱਚ। ਉਹਦੇ ਵਾਸਤੇ ਆਪਾਂ ਪਹਿਲੀ ਖਾਦ ਦੇ ਨਾਲ ਜੋ ਕੁਛ ਪਾਉਣਾ ਔਰ ਜੋ ਮੈਂ ਇਸ ਟਾਈਮ ਵਰਤੋਂ ਕਰ ਰਿਹਾ ਉਹ ਤੁਹਾਡੇ ਸਾਹਮਣੇ ਸਾਂਝਾ ਕਰਦਾ। ਆਹ ਲਗਭਗ ਝੋਨਾ ਜਿਹੜਾ ਤੁਸੀਂ ਆ ਦੇਖ ਰਹੇ ਹੋ ਅੱਜ ਇੱਕ ਹਫ਼ਤੇ ਦਾ ਹੋ ਚੁੱਕਿਆ ਅਤੇ ਜਿਹੜਾ ਮੈਂ ਅੱਜ ਪਹਿਲੀ ਖਾਦ ਦੇ ਨਾਲ ਪਾ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦਾ ਮੈਂ। ਦੋਸਤੋ, ਮੈਂ ਇੱਕ ਬੈਗ ਯੂਰੀਆ ਦਾ ਔਰ ਪਲੱਸ ਇਹ 3 ਕਿਲੋ ਦੀ ਥੈਲੀ ਹੈ। ਆਹ ਦੇਖੋ, ਇਹ ਜਿਹੜੀ ਇਹ ਜਿੰਕ ਹੈ ਸਾਈਟੋਜਿਮ ਕੰਪਨੀ ਔਰ ਮੇਡ ਇਨ USA ਹੈ ਅਤੇ ਆਹ ਤੁਸੀਂ ਪੜ੍ਹ ਸਕਦੇ ਹੋ। ਦੂਸਰਾ ਮਾਈਕਰੋ ਨਿਊਟ੍ਰਨ, ਜਿਹੜਾ ਮਾਈਕਰੋ ਨਿਊਟ੍ਰਨ ਹੈ ਇਹ ਵੀ ਮੇਡ ਇਨ USA ਹੈ। ਇਹਦੀ ਵਰਤੋਂ ਕਰ ਰਿਹਾ ਕਿ ਜਿਹੜੀ ਮੈਂ ਪਹਿਲਾਂ ਵੀ ਇਹਦੀ ਵਰਤੋਂ ਕੀਤੀ ਹੈ ਮੈਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ, ਜਿਹਦੇ ਵਿੱਚ ਆਪਣਾ ਫੁਟਾਰ ਵੀ ਬਹੁਤ ਵਧੀਆ ਹੁੰਦਾ, ਗ੍ਰੀਨਨੈਸ ਵੀ ਲੰਮੇ ਟਾਈਮ ਤੱਕ ਰਹਿੰਦੀ ਹੈ ਅਤੇ ਔਰ ਦੋਸਤੋ ਅੱਗੇ ਦਾ ਝੰਡੇ ਦੇ ਵਿੱਚ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ। ਅਤੇ ਦੋਸਤੋ, ਇਹ ਜਾਣਕਾਰੀ ਕਿੱਦਾਂ ਲੱਗੀ ਹੈ, ਵੀਡੀਓ ਕਿੱਦਾਂ ਲੱਗੀ ਹੈ, ਆਪਣੇ ਭਰਾ ਦੇ ਹੌਸਲੇ ਵਧਾਈ ਦੇ ਸਦਕਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਯੂਟਿਊਬ 'ਤੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਰ ਫੇਸਬੁੱਕ 'ਤੇ ਹੋ ਅਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।